ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਮੈਂ ਲੈਕਚਰਰ ਸਮਰਨਜੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਣੀ ਇਸ ਆਨਲਾਈਨ ਜਮਾਤ ਵਿੱਚ ਜਿਹਦੇ ਵਿੱਚ ਆਪਾਂ ਪੜ੍ਹ ਰਹੇ ਸੀ ਸਾਡੀ 12ਵੀਂ ਜਮਾਤ ਦੀ ਜਿਹੜੀ ਪਾਠ ਪੁਸਤਕ ਹੈ ਉਹਦੇ ਵਿੱਚ ਪਾਠ ਤੀਜਾ ਧਨੀਰਾਮ ਚਾਤਰਕ ਦੀ ਜਿਹੜੀ ਪਹਿਲੀ ਕਵਿਤਾ ਹੈ ਗਰੀਬ ਕਿਸਾਨ ਉਹ ਆਪਾਂ ਪਿਛਲੇ ਚੈਪਟਰ ਦੇ ਵਿੱਚ ਪੜ ਚੁੱਕੇ ਹਾਂ ਤੁਸੀਂ ਪੜ ਲਈ ਹੈ ਹੁਣ ਆਪਾਂ ਗੱਲ ਕਰਦੇ ਹਾਂ ਧਨੀਰਾਮ ਚਾਤਰਕ ਦੀ ਅਗਲੀ ਜਿਹੜੀ ਕਵਿਤਾ ਹੈ ਜਿਹਦਾ ਸਿਰਲੇਖ ਹੈ ਇਨਸਾਨਸਤਾਨ ਅੱਛਾ ਇਨਸਾਨਸਤਾਨ ਕੀ ਹੁੰਦਾ ਸਭ ਤੋਂ ਪਹਿਲਾਂ ਤਾਂ ਇਹ ਸੁਣ ਲਓ ਇਨਸਾਨਸਤਾਨ ਦਾ ਮਤਲਬ ਹੁੰਦਾ ਹੈ ਹਾਂਜੀ ਹਾਂ ਇਨਸਾਨਸਤਾਨ ਦਾ ਮਤਲਬ ਹੁੰਦਾ ਹੈ ਨੇਕ ਇਨਸਾਨਾਂ ਦਾ ਦੇਸ਼ ਉਸ ਨੂੰ ਕਿਹਾ ਜਾਂਦਾ ਹੈ ਨੇਕ ਇਨਸਾਨਾਂ ਦਾ ਦੇਸ਼ ਉਸ ਨੂੰ ਕਿਹਾ ਜਾਂਦਾ ਹੈ ਜੀ ਇਨਸਾਨਸਤਾਨ ਸੋ ਇਹ ਜਿਹੜੀ ਕਵਿਤਾ ਹੈ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਕਵਿਤਾ ਦੇ ਵਿੱਚ ਕਵੀ ਨੇ ਇੱਕ ਕਲਪਨਾ ਦੀ ਪੇਸ਼ਕਾਰੀ ਕੀਤੀ ਹੈ ਇੱਕ ਕਲਪਨਾ ਦਾ ਦੇਸ਼ ਹੈ ਜਿਸ ਦਾ ਨਾਮ ਕਵੀ ਨੇ ਇਨਸਾਨਸਤਾਨ ਦੱਸਿਆ ਹੈ ਕਵੀ ਨੇ ਇੱਕ ਦੇਸ਼ ਦੀ ਕਲਪਨਾ ਕੀਤੀ ਹੈ ਕਿ ਇੱਕ ਇਸ ਤਰ੍ਹਾਂ ਦਾ ਦੇਸ਼ ਹੋਣਾ ਚਾਹੀਦਾ ਹੈ ਇੱਕ ਇਸ ਤਰ੍ਹਾਂ ਦੀ ਧਰਤੀ ਇਸ ਤਰ੍ਹਾਂ ਦੀ ਇੱਕ ਵੱਖਰੀ ਦੁਨੀਆ ਹੋਣੀ ਚਾਹੀਦੀ ਹੈ ਜਿਹੜੀ ਇਸ ਦੁਨੀਆ ਨਾਲੋਂ ਅਲੱਗ ਹੋਵੇ ਵੱਖਰੀ ਹੋਵੇ ਉਸ ਦਾ ਨਾਮ ਉਹਨੇ ਕੀ ਦਿੱਤਾ ਹੈ ਇਨਸਾਨਸਤਾਨ ਜਿਵੇਂ ਨਾਮ ਤੁਸੀਂ ਪੜਦੇ ਹੋ ਹਿੰਦੁਸਤਾਨ ਜਿਵੇਂ ਤੁਸੀਂ ਨਾਮ ਸੁਣਿਆ ਪਾਕਿਸਤਾਨ ਜਿਵੇਂ ਤੁਸੀਂ ਨਾਮ ਸੁਣਿਆ ਅਫਗਾਨਿਸਤਾਨ ਉਵੇਂ ਇੱਕ ਨਾਮ ਕਵੀ ਨੇ ਉਸ ਦੇਸ਼ ਨੂੰ ਦਿੱਤਾ ਹੈ ਇਨਸਾਨਸਤਾਨ ਮਤਲਬ ਇਨਸਾਨਾਂ ਦਾ ਸਥਾਨ ਇਨਸਾਨਾਂ ਦੇ ਰਹਿਣ ਦੀ ਜਗ੍ਹਾ ਉਹ ਵੀ ਕਿਹੜੇ ਇਨਸਾਨ ਕਿਹੜੇ ਇਨਸਾਨ ਰਹਿੰਦੇ ਹੁਣ ਨੇਕ ਇਨਸਾਨ ਜਿਹੜੇ ਜਿਹੜੇ ਜਿਨ੍ਹਾਂ ਦਾ ਸੁਭਾਅ ਹੋਵੇ ਨੇਕ ਜਿਹੜੇ ਮਤਲਬ ਕੀ ਹੈ ਸੁਭਾਅ ਦੇ ਚੰਗੇ ਹੋਣ ਨੇਕ ਸੁਭਾਅ ਵਾਲੇ ਹੋਣ ਲਓ ਮੈਂ ਕਵਿਤਾ ਦੀਆਂ ਪਹਿਲੀਆਂ ਚਾਰ ਪੰਕਤੀਆਂ ਪੜ੍ਹਦਾ ਸੁਣੋ ਧਿਆਨ ਨਾਲ ਕੀ ਕਹਿੰਦਾ ਕਵੀ ਕਵੀ ਕਹਿੰਦਾ ਉੱਠ ਸਾਕੀ ਇੱਕ ਹੰਬਲਾ ਮਾਰ ਨਵਾਂ ਨਸ਼ਾ ਕੋਈ ਕਰ ਤਿਆਰ ਚੜ ਜਾਵੇ ਸੁਰਤੀ ਅਸਮਾਨ ਦੇਸਣ ਲੱਗ ਪਏ ਨਵਾਂ ਜਹਾਨ ਕਿ ਵੀ ਇੱਕ ਨਵੇਂ ਜਹਾਨ ਦੀ ਇੱਕ ਨਵੀਂ ਦੁਨੀਆ ਦੀ ਗੱਲ ਕਰਦਾ ਹੈ ਕਹਿੰਦਾ ਉੱਠ 사ਕੀ ਇੱਕ ਹਮਲਾ ਮਾਰ 사ਕੀ ਦਾ ਮਤਲਬ ਹੁੰਦਾ ਹੈ ਜਿਹੜਾ ਖੁਮਾਰੀ ਚੜਾਵੇ ਆਪਾਂ ਨੂੰ ਖੁਮਾਰੀ ਖੁਮਾਰੀ ਜਾਂ ਨਸ਼ਾ ਚੜਾਉਣ ਵਾਲੇ ਨੂੰ ਕਿਹਾ ਜਾਂਦਾ ਹੈ ਖੁਮਾਰੀ ਜਾਂ ਨਸ਼ਾ ਚੜਾਉਣ ਵਾਲਾ ਜਿਹੜਾ ਹੁੰਦਾ ਉਸ ਨੂੰ ਕਿਹਾ ਜਾਂਦਾ ਹੈ 사ਕੀ ਕਵੀ ਇਸ ਕਵਤਾ ਦੇ ਵਿੱਚ 사की ਨੂੰ ਸੰਬੋਧਨ ਕਰ ਰਿਹਾ ਹੈ ਕਵੀ ਤਨੀਰਾਮ ਚਾਤਰ ਕਹਿੰਦਾ ਹੈ हे 사की हे ਖਮਾਰੀ ਚੜਨ ਵਾਲਿਆ ਤੂੰ ਉੱਠ ਇੱਕ ਹੰਬਲਾ ਮਾਰ ਹੰਬਲਾ ਦਾ ਮਤਲਬ ਹੁੰਦਾ ਹੈ ਕੋਸ਼ਿਸ਼ ਕਰਨੀ ਯਤਨ ਕਰਨਾ ਜਿਨੂੰ ਆਪਾਂ ਕਹਿ ਦਿੰਦੇ ਹਾਂ ਹੈਨਾ ਯਤਨ ਜਾਂ ਕੋਸ਼ਿਸ਼ ਤਵੀ ਕਹਿੰਦਾ ਵੀ ਹੈ 사की ਤੂੰ ਉੱਠ ਇੱਕ ਕੋਸ਼ਿਸ਼ ਇੱਕ ਯਤਨ ਕਰ ਕਿਹੜਾ ਕੋਸ਼ਿਸ਼ ਕਰਨੀ ਕਿਹੜੀ ਕੋਸ਼ਿਸ਼ ਕਿਹੜਾ ਯਤਨ ਕਰਨਾ ਸੁਣੋ ਨਵਾਂ ਨਸ਼ਾ ਕੋਈ ਕਰ ਤਿਆਰ ਇੱਕ ਨਵੇਂ ਪ੍ਰਕਾਰ ਦਾ ਨਵੇਂ ਤਰ੍ਹਾਂ ਦਾ ਨਸ਼ਾ ਤੂੰ ਤਿਆਰ ਕਰ ਕਿਹੜਾ ਨਸ਼ਾ ਅੱਗੇ ਸੁਣੋ ਚੜ ਜਾਵੇ ਸੁਰਤੀ ਅਸਮਾਨ ਜੇਸ ਨਸ਼ੇ ਨੂੰ ਲੈਣ ਤੇ ਕੀ ਹੋ ਜੇ ਜਦੋਂ ਉਸ ਨਸ਼ੇ ਨੂੰ ਆਪਾਂ ਲਈਏ ਤਾਂ ਉਦੋਂ ਕੀ ਹੋ ਜੇ ਚੜ ਜਾਵੇ ਸੁਰਤੀ ਅਸਮਾਨ ਸੁਰਤੀ ਅਸਮਾਨ ਦਾ ਮਤਲਬ ਹੁੰਦਾ ਹੈ ਸੁਧ ਬੁੱਧ ਭੁੱਲ ਜਾਣੀ ਜਿਹੜਾ ਬੰਦਾ ਸੁਧ ਬੁੱਧ ਭੁੱਲ ਜਾਂਦਾ ਨਾ ਉਹਦੇ ਬਾਰੇ ਕਿਹਾ ਜਾਂਦਾ ਹੈ ਵੀ ਐਸ ਬੰਦੇ ਦੀ ਤਾਂ ਸੁਰਤ ਹੁਣ ਅਸਮਾਨ ਤੇ ਚੜ ਗਈ ਹੈ ਸੁਧ ਬੁੱਧ ਭੁੱਲ ਜਾਣੀ ਆਪਣੀ ਜਿਹੜਾ ਬੰਦਾ ਸੁਧ ਬੁੱਧ ਗਵਾ ਬੈਠਦਾ ਨਸ਼ਾ ਕਰ ਲੈਂਦਾ ਨਾ ਕੋਈ ਸ਼ਰਾਬ ਵਗੈਰਾ ਦਾ ਨਸ਼ਾ ਜਦੋਂ ਕੋਈ ਕਰ ਲੈਂਦਾ ਉਹ ਆਪਣੀ ਸੁੱਧ-ਪੁੱਧ ਗਵਾ ਬੈਠਦਾ ਹੈ ਉਸ ਬੰਦੇ ਦੀ ਸੋਚਣ ਸਮਝਣ ਦੀ ਜਿਹੜੀ ਸ਼ਕਤੀ ਆ ਉਹ ਚਲੀ ਜਾਂਦੀ ਹੈ ਹੁਣ ਇੱਥੇ ਉਸ ਨਸ਼ੇ ਦੀ ਗੱਲ ਨਹੀਂ ਕੀਤੀ ਗਈ ਇੱਥੇ ਇੱਕ ਵੱਖਰੇ ਪ੍ਰਕਾਰ ਦੇ ਨਸ਼ੇ ਦੀ ਗੱਲ ਕੀਤੀ ਹੈ ਜੇ ਇਸ ਨਸ਼ੇ ਨੂੰ ਕਰ ਦਿਆਂ ਕਵੀ ਕੀ ਹੋਵੇ ਕਵੀ ਕੀ ਕਹਿੰਦਾ ਵੀ ਉਹ ਨਸ਼ਾ ਲੈਂਦਿਆਂ ਸਾਰੀ ਕੀ ਹੋਵੇ ਚੜ ਜਾਵੇ ਸੁਰਤੀ ਅਸਮਾਨ ਕੀ ਹੋਵੇ ਸੁਧ ਬੁੱਧ ਮੈਂ ਆਪਣੀ ਭੁੱਲ ਜਾਵਾਂ ਦਿਸਣ ਲੱਗ ਪਏ ਨਵਾਂ ਜਹਾਨ ਮੈਨੂੰ ਇੱਕ ਨਵੀਂ ਹੀ ਦੁਨੀਆ ਦਿਸਣ ਲੱਗ ਪਵੇ ਕਿਹੜੀ ਦੁਨੀਆ ਉਸ ਦੁਨੀਆ ਦੇ ਵਿੱਚ ਕੀ ਕੀ ਹੋਵੇ ਸੁਣੋ ਕਵੀ ਕੀ ਕਹਿੰਦਾ ਅਗਲੀਆਂ ਚਾਰ ਪੰਕਤੀਆਂ ਚ ਕੀ ਕਹਿੰਦਾ ਕਵੀ ਨਵਾਂ ਬਗੀਚਾ ਨਵੀਂ ਬਹਾਰ ਨਵੀਂ ਜਵਾਨੀ ਨਵਾਂ ਨਿਖਾਰ ਨਵੀਂ ਜ਼ਮੀਨ ਨਵਾਂ ਅਸਮਾਨ ਸੱਚ ਮੁੱਚ ਦਾ ਇਨਸਾਨਸਤਾਨ ਆ ਜਿਹੜੀਆਂ ਸਾਰੀਆਂ ਚੀਜ਼ਾਂ ਧਰਤੀ ਤੇ ਹੁੰਦੀਆਂ ਹੈ ਨਾ ਬਗੀਚਾ ਬਗੀਚੇ ਜਦੋਂ ਫੁੱਲ ਖੇੜਦੇ ਆ ਬਹਾਰ ਵੀ ਆਉਂਦੀ ਹੈ ਨਵੀਂ ਜਵਾਨੀ ਨਵਾਂ ਨਿਖਾਰ ਹੈ ਨਾ ਨਵੀਂ ਜ਼ਮੀਨ ਨਵਾਂ ਅਸਮਾਨ ਆਪਾਂ ਜਿਹੜੀ ਜ਼ਮੀਨ ਆਪਣੀ ਹੈਗੀ ਆ ਆਪਣੇ ਵੀ ਅਸਮਾਨ ਹੈਗਾ ਓਵੇਂ ਹੀ ਕਵੀ ਕਹਿੰਦਾ ਵੀ ਉਸ ਨਵੀਂ ਦੁਨੀਆ ਜਿਹੜੀ ਉੱਥੇ ਇੱਕ ਨਵੀਂ ਜ਼ਮੀਨ ਹੋਵੇ ਨਵੇਂ ਤਰ੍ਹਾਂ ਦਾ ਹੀ ਅਸਮਾਨ ਹੋਵੇ ਨਵਾਂ ਹੀ ਬਗੀਚਾ ਹੋਵੇ ਨਵੇਂ ਪ੍ਰਕਾਰ ਦੀ ਬਹਾਰ ਆਵੇ ਉਦੇ ਤੇ ਬਹਾਰ ਦਾ ਮਤਲਬ ਹੁੰਦਾ ਜਦੋਂ ਕੋਈ ਦਰਖਤ ਹੈ ਜਿਹੜਾ ਜਦੋਂ ਕਿਸੇ ਦਰਖਤ ਤੇ ਜਿਵੇਂ ਸੋਹਣੇ ਜਦੋਂ ਲੱਗ ਜਾਂਦੇ ਆ ਪੱਤੇ ਹਰੇ ਲੱਗ ਜਾਂਦੇ ਆ ਹਰੇ ਪੱਤੇ ਆ ਜਾਂਦੇ ਆ ਨਾ ਪੱਤ ਝੜ ਤੋਂ ਬਾਅਦ ਆਉਂਦੇ ਆ ਹਰੇ ਪੱਤੇ ਆ ਜਾਂਦੇ ਆ ਉਹਨੂੰ ਫਲ ਫੁੱਲ ਲੱਗ ਜਾਂਦੇ ਆ ਤਾਂ ਆਪਾਂ ਕਹਿੰਦੇ ਆ ਵੀ ਇਹ ਸਦਰਖਤ ਤੇ ਬਹਾਰ ਆ ਗਈ ਨਵੀਂ ਜਵਾਨੀ ਨਵਾਂ ਨਿਖਾਰ ਨਿਖਾਰ ਦਾ ਮਤਲਬ ਹੁੰਦਾ ਹੈ ਜੀ ਉਜੜਾ ਉਜੜਾ ਦਾ ਮਤਲਬ ਜੇ ਤੁਹਾਨੂੰ ਪਤਾ ਨ ਵੀ ਉਜੜਾ ਕੀ ਹੁੰਦਾ ਮੈਲ ਤੋਂ ਬਿਨਾ ਜਿਹੜੀ ਚੀਜ਼ ਹੋਵੇ ਮੈਲ ਤੋਂ ਬਿਨਾ ਜਿਵੇਂ ਕੱਪੜਾ ਕੋਈ ਮੈਲਾ ਹੋਵੇ ਨਾ ਬੇਟਾ ਜੀ ਉਹਨੂੰ ਆਪਾਂ ਧੋ ਦਿੰਨੇ ਆ ਤਾਂ ਉਹ ਕੱਪੜੇ ਦੇ ਵਿੱਚ ਨਿਖਾਰ ਆ ਜਾਂਦਾ ਉਜਲਾ ਓਵੇਂ ਹੀ ਕਵੀ ਕਹਿੰਦਾ ਉਸ ਦੁਨੀਆ ਤੇ ਨਵੀਂ ਜਵਾਨੀ ਹੋਵੇ ਨਵਾਂ ਹੀ ਨਿਖਾਰ ਹੋਵੇ ਨਵੀਂ ਜ਼ਮੀਨ ਹੋਵੇ ਨਵਾਂ ਹੀ ਅਸਮਾਨ ਹੋਵੇ ਤੇ ਉਹ ਜਿਹੜੀ ਦੁਨੀਆ ਹੈ ਉਹ ਸੱਚ ਮੁੱਚ ਦਾਇਕ ਇਨਸਾਨਸਤਾਨ ਹੋਵੇ ਭਾਵ ਸੱਚੀ ਮੁੱਚੀ ਨੇਕ ਇਨਸਾਨ ਉਸ ਦੁਨੀਆ ਤੇ ਵਸਦੇ ਹੋਣ ਲੋ ਦੋ ਪੈਰੇ ਕਲੀਅਰ ਕੀਤੇ ਆਪਾਂ ਤੀਜੇ ਪੈਰੇ ਤੇ ਆਜੋ ਤੀਜੇ ਪੈਰੇ ਚ ਕਵੀ ਕੀ ਕਹਿੰਦਾ ਹੋਰ ਕੀ ਹੋਣਾ ਚਾਹੀਦਾ ਉਸ ਇਨਸਾਨਸਤਾਨ ਦੇ ਵਿੱਚ ਉਹ ਕਵੀ ਦੀ ਕਾਲਪਨਿਕ ਦੁਨੀਆ ਨਾ ਉਹ ਇੱਕ ਕਵੀ ਨੇ ਕਲਪਨਾ ਕੀਤੀ ਹੈ ਇਨਸਾਨਸਤਾਨ ਦੀ ਉਹਦੇ ਚ ਕੀ ਕੀ ਹੋਣਾ ਚਾਹੀਦਾ ਹਿੰਦੂ ਮੋਮਨ ਸਿੱਖ ਈਸਾਈ ਸਾਰੇ ਜਾਪਣ ਭਾਈ ਭਾਈ ਦਸਤਕਾਰ ਕਿਰਤੀ ਕਿਸਾਨ ਸਾਂਝੀ ਰੋਟੀ ਵੰਡ ਕੇ ਖਾਣ ਕਵੀ ਕੀ ਕਹਿੰਦਾ ਉਸ ਦੁਨੀਆ ਤੇ ਜਿਹੜਾ ਨਵਾਂ ਜਿਹੜਾ ਹੈਗਾ ਨਾ ਨਵਾਂ ਜਹਾਨ ਹੈ ਜਿਹੜਾ ਜਿਹਦਾ ਨਾਮ ਕਵੀ ਨੇ ਇਨਸਾਨਸਤਾਨ ਲਿਖਿਆ ਕਵੀ ਕਹਿੰਦਾ ਉੱਥੇ ਕੀ ਹੋਣਾ ਚਾਹੀਦਾ ਹਿੰਦੂ ਮੋਮਨ ਭਾਵ ਮੁਸਲਮਾਨ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਆਪਸ ਦੇ ਵਿੱਚ ਭਰਾ ਭਰਾ ਬਣ ਕੇ ਰਹਿਣ ਉਸ ਦੁਨੀਆ ਤੇ ਕਿਉਂਕਿ ਮਤਲਬ ਕੀ ਹੈ ਇਸ ਪੂਰੀ ਪੰਕਤੀ ਦਾ ਮਤਲਬ ਇਹ ਹੈ ਕਿ ਧਰਮ ਦੇ ਨਾਮ ਤੇ ਲੜਾਈ ਨਾ ਹੋਵੇ ਕਿਸੇ ਦੀ ਵੀ ਆਪਸ ਦੇ ਵਿੱਚ ਸਾਰੇ ਜਾਪਣ ਭਾਈ ਭਾਈ ਸਾਰੇ ਭਰਾ ਭਰਾ ਜਾਪਣ ਇਸ ਤਰ੍ਹਾਂ ਲੱਗਣ ਵੀ ਦੁਨੀਆ ਤੇ ਭਰਾ ਭਰਾ ਰਹ ਰਹੇ ਹਨ ਦਸਤਕਾਰ ਕਿਰਤੀ ਕਿਸਾਨ ਦਸ ਦਾ ਮਤਲਬ ਹੁੰਦਾ ਹੱਥ ਕਾਰ ਦਾ ਮਤਲਬ ਕੰਮ ਜੋ ਹੱਥਾਂ ਨਾਲ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਕਿਰਤੀ ਲੋਕ ਨੇ ਜਿਹੜੇ ਮਿਹਨਤੀ ਲੋਕ ਨੇ ਤੇ ਕਿਸਾਨ ਜਿਹੜੇ ਖੇਤੀ ਕਰਦੇ ਨੇ ਉਹ ਕੀ ਕਰਨ ਸਾਂਝੀ ਰੋਟੀ ਵੰਡ ਕੇ ਖਾਣ ਉਹਨਾਂ ਦੀ ਰੋਟੀ ਦੀ ਆਪਸ ਦੇ ਵਿੱਚ ਸਾਝ ਹੋਵੇ ਉਹ ਸਾਂਝੀ ਰੋਟੀ ਵੰਡ ਕੇ ਖਾਣ ਮਤਲਬ ਕੀ ਹੈ ਕਿ ਜੋ ਵੀ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਆ ਪਦਾਰਥ ਹੈ ਜਿਹੜੇ ਉਹ ਉਹਨਾਂ ਦੇ ਵਿੱਚ ਸਾਂਝੇ ਵੰਡੇ ਹੋਣ ਸਾਂਝੀ ਰੋਟੀ ਵੰਡ ਕੇ ਖਾਣ ਆਪਸ ਦੇ ਵਿੱਚ ਉਹਨਾਂ ਦੀ ਸਾਂਝੀ ਵਾਲਤਾ ਹੋਵੇ ਕਿਹੜੇ ਕਿਹੜੇ ਦਸਤਕਾਰ ਕਿਰਤੀ ਕਿਰਸਾਨ ਇੰਨੇ ਇੰਨਾਂ ਦੇ ਨਾਮ ਲਏ ਆ ਕਵੀ ਨੇ ਕਵੀ ਕਹਿੰਦਾ Hindu, Mu'min, Sikh, Isai Hindu, Musalman, Sikh ਤੇ Isai ਸਾਰੇ ਭਰਾਵਾਂ ਵਾਂਗ ਰਹਿਣ ਉਸ ਦੁਨੀਆ ਤੇ ਇਨਸਾਨਸਤਾਨ ਦੀ ਦੁਨੀਆ ਤੇ ਦਸਤਕਾਰ ਹੱਥਾਂ ਨਾਲ ਕੰਮ ਕਰਨ ਵਾਲੇ ਕਿਰਤੀ ਮਿਹਨਤੀ ਲੋਕ ਤੇ ਕਿਸਾਨ ਖੇਤੀਬਾੜੀ ਕਰਨ ਵਾਲੇ ਨੇ ਜਿਹੜੇ ਉਹ ਆਪਸ ਦੇ ਵਿੱਚ ਸਾਂਝੀ ਰੋਟੀ ਵੰਡ ਕੇ ਖਾਣ ਠੀਕ ਹੈ ਜੀ ਅੱਗੇ ਸੁਣੋ ਕਵੀ ਕੀ ਕਹਿੰਦਾ ਕਵੀ ਕਹਿੰਦਾ ਭੁੱਖ ਨੰਗ ਚਿੰਤਾ ਬੇਕਾਰੀ ਹਟ ਜਾਏ ਧੜਕੇ ਦੀ ਬਿਮਾਰੀ ਕੁੱਲ ਮਿਲ ਜਾਵਣ ਧਰਮ ਇਮਾਨ ਸੱਚ ਮੁੱਚ ਦਾ ਇਨਸਾਨਸਤਾਨ ਇਹ ਇਹਦਾ ਆਖਰੀ ਪੈਰਾ ਹੈ ਇਸਕਾ ਤਾਦਾ ਆਖਰੀ ਪੈਰੇ ਚ ਕਵੀ ਕੀ ਕਹਿੰਦਾ ਕਹਿੰਦਾ ਭੁੱਖ ਨੰਗ ਚਿੰਤਾ ਬੇਕਾਰੀ ਦੁਨੀਆ ਤੇ ਕੋਈ ਵੀ ਭੁੱਖਾ ਨੰਗਾ ਚਿੰਤਾ ਕਰਦਾ ਹੋਇਆ ਬੇਕਾਰੀ ਮਤਲਬ ਬੇਰੁਜ਼ਗਾਰੀ ਦੁਨੀਆ ਤੇ ਬੇਰੁਜ਼ਗਾਰੀ ਕਿੰਨੀ ਹੈ ਹਨਾ ਬੇਟਾ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਬੇਰੁਜ਼ਗਾਰੀ ਸਾਡੇ ਭਰੀ ਪਈ ਹੈ ਪੁੱਖਾ ਨਾਂਗ ਚਿੰਤਾ বেকারੀ ਮਤਲਬ ਕੀ ਹੈ ਜਿਹੜੀਆਂ ਬੰਦੇ ਦੀਆਂ ਮੂਲ ਜ਼ਰੂਰਤਾਂ ਨੇ ਮੁੱਖ ਜ਼ਰੂਰਤਾਂ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਹ ਸਾਰੀਆਂ ਪੂਰੀਆਂ ਹੋਣ ਮੁੱਖ ਜ਼ਰੂਰਤਾਂ ਹੁੰਦੀਆਂ ਨਾ ਰੋਟੀ ਕਪੜਾ ਤੇ ਮਕਾਨ ਦੀਆਂ ਜ਼ਰੂਰਤਾਂ ਜਿਹੜੀਆਂ ਕਵੀ ਕਹਿੰਦਾ ਇਹ ਸਾਰੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਕੋਈ ਵੀ ਭੁੱਖਾ ਨਾ ਸੋਵੇ ਕੋਈ ਵੀ ਮਤਲਬ ਹਰ ਬੰਦੇ ਨੂੰ ਆਪਣਾ ਤਨ ਸਰੀਰ ਠਕਣ ਵਾਸਤੇ ਕਪੜਾ ਹੋਵੇ ਚਿੰਤਾ ਨਾ ਹੋਵੇ ਕਿਸੇ ਨੂੰ ਰੋਟੀ ਦੀ ਚਿੰਤਾ ਨਾ ਹੋਵੇ ਬੇਕਾਰੀ ਮਤਲਬ ਬੇਰੋਜ਼ਗਾਰੀ ਨਾ ਹੋਵੇ ਹਟ ਜਾਏ ੜਕੇ ਦੀ ਬਿਮਾਰੀ ੜਕੇ ਦਾ ਮਤਲਬ ਹੁੰਦਾ ਹੈ ਡਰ ਲੋਕ ਇੱਕ ਦੂਜੇ ਤੋਂ ਡਰ ਕੇ ਨਾ ਜੀਣ ਕਵੀ ਇੱਕ ਦੁਨੀਆ ਦੀ ਕਲਪਨਾ ਕਰਦਾ ਕਵੀ ਕਹਿੰਦਾ ਵੀ ਇਸ ਤਰ੍ਹਾਂ ਦੀ ਦੁਨੀਆ ਹੋਵੇ ਜਿੱਥੇ ਕੋਈ ਭੁੱਖਾ ਨਾ ਸੋਵੇ ਜਿੱਥੇ ਹਰ ਕਿਸੇ ਕੋਲ ਪਹਿਨਣ ਨੂੰ ਕੱਪੜਾ ਹੋਵੇ ਹਰ ਕਿਸੇ ਨੂੰ ਵੀ ਰੋਟੀ ਦੀ ਚਿੰਤਾ ਨਾ ਹੋਵੇ ਹਰ ਕੋਈ ਰੁਜ਼ਗਾਰ ਵਾਲਾ ਹੋਵੇ ਪਾਪਾ ਬੇਰੋਜ਼ਗਾਰ ਨਾ ਹੋਵੇ ਹਰ ਅੱਗੇ ਕੀ ਹਟ ਜਾਏ ਢੜਕੇ ਦੀ ਬਿਮਾਰੀ ਤੇ ਡਰ ਦੀ ਬਿਮਾਰੀ ਕਿਸੇ ਦੇ ਮਨ ਵਿੱਚ ਨਾ ਹੋਵੇ ਕਿਸੇ ਦੇ ਮਨ ਵਿੱਚ ਕਿਸੇ ਦੇ ਪ੍ਰਤੀ ਡਰ ਭੈ ਨਾ ਹੋਵੇ ਕੁਲ ਮਿਲ ਜਾਵਣ ਧਰਮ ਇਮਾਨ ਸਾਰੇ ਧਰਮ ਇਮਾਨ ਹੈ ਜਿਹੜੇ ਉਹ ਸਾਰੇ ਕੁਲ ਮਿਲ ਕੇ ਰਹਿਣ ਸੱਚਮੁੱਚ ਦਾ ਇਨਸਾਨਸਤਾਨ ਸੱਚਮੁੱਚ ਉਹ ਦੇਸ਼ ਇੱਕ ਤਰ੍ਹਾਂ ਦਾ ਇਨਸਾਨਸਤਾਨ ਹੋਊਗਾ ਭਾਵ ਨੇਕ ਇਨਸਾਨਾਂ ਦਾ ਦੇਸ਼ ਹੋਵੇਗਾ ਕਿਹੜੇ ਇਨਸਾਨਾਂ ਦਾ ਦੇਸ਼ ਹੋਊਗਾ ਭਾਈ ਨੇਕ ਇਨਸਾਨਾਂ ਦਾ ਦੇਸ਼ ਸੱਚੀ ਗੱਲ ਆ ਨਾ ਕਵੀ ਦੀ ਇਸ ਤਰ੍ਹਾਂ ਦਾ ਜਿਹੜਾ ਦੇਸ਼ ਹੈ ਜਿਹੜੇ ਦੇਸ਼ ਦੀ ਕਲਪਨਾ ਧਨੀ ਰਾਮ ਚਾਤਰਿਕ ਨੇ ਕੀਤੀ ਹੈ ਇਹ ਤਾਂ ਸੱਚੀ ਇਨਸਾਨਸਤਾਨ ਹੀ ਹੈ ਇਹ ਤਾਂ ਸੱਚੀ ਨੇਕ ਇਨਸਾਨਾਂ ਦਾ ਦੇਸ਼ ਹੀ ਹੋ ਸਕਦਾ ਸੁਣੋ ਦਵਾਰੇ ਕਵੀ ਕੀ ਕਹਿੰਦਾ ਇਨਸਾਨਸਤਾਨ ਕਵਿਤਾ ਦੇ ਵਿੱਚ ਉੱਠ ਸਾ ਕੀ ਇੱਕ ਹੰਬੜਾ ਮਾਰ ਨਵਾਂ ਨਸ਼ਾ ਕੋਈ ਕਰ ਤਿਆਰ ਚੜ ਜਾਵੇ ਸੁਰਤੀ ਅਸਮਾਨ ਦਿਸਣ ਲੱਗ ਪਏ ਨਵਾਂ ਜਹਾਨ ਨਵਾਂ ਬਗੀਚਾ ਨਵੀਂ ਬਹਾਰ ਨਵੀਂ ਜਵਾਨੀ ਨਵਾਂ ਨਿਖਾਰ ਨਵੀਂ ਜ਼ਮੀਨ ਨਵਾਂ ਅਸਮਾਨ ਸੱਚ ਮੁੱਚ ਦਾ ਇਨਸਾਨਸਤਾਨ ਹਿੰਦੂ ਮੁਮਨ ਸਿੱਖ ਈਸਾਈ ਸਾਰੇ ਜਾਪਣ ਭਾਈ ਭਾਈ ਦਸਤਕਾਰ ਕਿਰਤੀ ਕਿਸਾਨ ਸਾਂਝੀ ਰੋਟੀ ਵੰਡ ਕੇ ਖਾਣ ਭੁੱਖ ਨੰਗ ਚਿੰਤਾ ਬੇਕਾਰੀ ਹਟ ਜਾਏ ਧੜਕੇ ਦੀ ਬਿਮਾਰੀ ਕੋਲ ਮਿਲ ਜਾਵਣ ਧਰਮ ਈਮਾਨ ਸੱਚ ਮੁੱਚ ਦਾ ਇਨਸਾਨਸਤਾਨ ਲੋ ਪਿਆਰੇ ਬੱਚਿਓ ਆਪਣੀਆਂ ਧਨੀ ਰਾਮ ਚਾਤਰਕ ਦੀਆਂ ਦੋ ਕਵਿਤਾਵਾਂ ਆਪਣੇ ਸਿਲੇਬਸ ਦੇ ਵਿੱਚ ਸਿਗੀਆਂ ਦੋਨੋਂ ਆਪਾਂ ਪੜ ਚੁੱਕੇ ਆਂ ਇੱਕ ਕਵਿਤਾ ਸੀ ਗਰੀਬ ਕਿਸਾਨ ਉਹ ਆਪਾਂ ਪਿਛਲੀ ਜਮਾਤ ਦੇ ਵਿੱਚ ਪੜ ਗਏ ਸੀ ਹੁਣ ਜਿਹੜੀ ਸੀਗੀ ਆਪਣੀ ਇਹ ਇਹ ਸੀਗੀ ਇਨਸਾਨਸਤਾਨ ਭਾਵ ਨੇਕ ਇਨਸਾਨਾਂ ਦੇ ਦੇਸ਼ ਬਾਰੇ ਕਵਿਤਾ ਇਹ ਆਪਾਂ ਪੜ ਚੁੱਕੇ ਆਂ ਜਲਦੀ ਮਿਲਦੇ ਆਂ ਜੀ ਅਗਲੀ ਜਮਾਤ ਵਿੱਚ ਸਤਿ ਸ੍ਰੀ ਅਕਾਲ